ਡਰਾਮਾ ਦਾ ਜਿਹੜਾ ਵਾਰ ਵਾਰ ਆ ਜਿਹੜਾ ਲੰਗਰ ਵੰਡਿਆ ਜਾ ਰਿਹਾ ਤੇ ਕਿੱਥੋਂ ਆਏ ਹੋ ਤੁਸੀਂ ਅਸੀਂ ਟਾਂਡੇ ਦਸੂਏ ਤੋਂ ਜੀ ਤੁਸੀਂ ਇੱਥੇ ਬਦਾਮ ਕਿੰਨੇ ਕਹਿੰਦੇ ਤੇ ਵੰਡਦੇ ਪਏ ਅਸੀਂ ਆਪ ਹੀ ਵੰਡ ਰਹੇ ਹਾਂ ਜੀ ਸਾਡੇ ਐਨਆਰਏ ਵੀ ਤੇ ਸਾਡੇ ਜਿਹੜੇ ਲੋਕਲ ਸੰਗਤ ਇਲਾਕੇ ਦੀ ਉਹ ਸੇਵਾ ਕਰ ਰਹੀ ਜੀ ਨਾਲ ਸਾਡੇ ਨਹੀਂ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਹੜੇ ਕਿਸਾਨ ਕਿਸਾਨਾਂ ਦੇ ਪਰਿਵਾਰ ਪਿੱਛੇ ਬੈਠੇ ਆ ਜਾਂ ਕਰਜਾਈ ਆ ਜਾਂ ਉਹਨਾਂ ਨੂੰ ਕੋਈ ਜ਼ਰੂਰਤ ਹੈ ਉਹਨਾਂ ਬਾਰੇ ਵੀ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ ਨਹੀਂ ਉਹਨਾਂ ਵਾਸਤੇ ਜੀ ਸਾਰੇ ਕਿਸਾਨ ਨੇ ਤਾਂ ਸਾਡੀ ਇੱਥੇ ਪਹੁੰਚੀ ਹੋਈ ਦਿੱਲੀ ਦੇ ਵਿੱਚ ਤੇ ਲੜਾਈ ਬਹੁਤ ਲੰਬੀ ਹੈ ਸਾਡੀ ਸਾਰਿਆਂ ਦੀ ਤੇ ਜਿਹੜੀ ਕਿਸਾਨੀ ਨੂੰ ਆਪਾਂ ਮਜ਼ਬੂਤ ਕਰਨ ਵਾਸਤੇ ਆਪਾਂ ਜੋ ਸਾਡੀ ਸੇਵਾ ਐਨਆਰਏ ਵੀਰਾਂ ਨੇ ਤੇ ਲੋਕਲ ਸੰਗਤ ਲਾਉਂਦੀ ਆ ਉਹਦੇ ਕਰਕੇ ਅਸੀਂ ਪਹੁੰਚੇ ਹਾਂ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਡੇਰਾ ਬਾਬਾ ਨਾਲ ਗੁਰਦਾਸਪੁਰ ਤੋਂ ਤੁਸੀਂ ਵੀ ਇਹਨਾਂ ਦੇ ਨਾਲ ਹੀ ਆਏ ਹੋ ਬਿਲਕੁਲ ਇਹ ਸਾਰਿਆਂ ਦਾ ਸੰਗਠਨ ਇੱਕੋ ਹੀ ਮੈਂ ਕਹਿ ਰਿਹਾ ਸੀਗਾ ਵੀ ਤੁਸੀਂ ਸਾਰਿਆਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਜਿਹੜੇ ਕਿਸਾਨਾਂ ਦੇ ਪਰਿਵਾਰ ਹੈ ਉਹ ਪਿੱਛੇ ਬੈਠੇ ਆ ਜਾਂ ਕਰਜ਼ੇ ਕਰਕੇ ਕਿਸਾਨ ਪਰਿਵਾਰਾਂ ਦਾ ਬੁਰਾ ਹਾਲ ਆ ਉਹਨਾਂ ਲਈ ਵੀ ਕੋਈ ਉਦਮ ਕਰਨਾ ਚਾਹੀਦਾ ਸਾਨੂੰ ਜਾਂ ਨਹੀਂ ਬਿਲਕੁਲ ਕਰਨਾ ਤਾਂ ਚਾਹੀਦਾ ਪਰ ਹੁਣ ਜਿਹੜਾ ਖਤਰਾ ਬਣਿਆ ਹੋਇਆ ਖੇਤੀ ਦਾ ਇਹ ਜਿਹੜਾ ਜੋ ਕਰ ਰਹੇ ਉਹ ਵੀ ਸਾਰਾ ਉਦਮ ਉਹਨਾਂ ਵਾਸਤੇ ਹੀ ਆ ਇਹ ਜੋ ਕੁਝ ਹੈ ਕਿਸਾਨੀ ਵਾਸਤੇ ਹੀ ਆ ਜੋ ਵੀ ਅਸੀਂ ਕਰ ਰਹੇ ਹਾਂ ਉਹ ਕਿਸਾਨੀ ਵਾਸਤੇ ਹੀ ਕਰ ਰਹੇ ਹਾਂ ਸਾਡਾ ਮਕਸਦ ਮੇਨ ਕਿਸਾਨੀ ਬਚਾਉਣਾ ਹੀ ਆ ਤੇ ਜਦੋਂ ਕਿਸਾਨੀ ਬਚ ਗਈ ਤਾਂ ਕਿਸਾਨ ਆਪਣਾ ਬਚਣਾ ਜਿਹੜੇ ਕਿਸਾਨ ਵੀਰ ਆਪਣੀ ਡੈਥ ਹੋਈ ਹੈ ਜੀ ਇੱਥੇ ਸੰਘਰਸ਼ ਦੇ ਦੌਰਾਨ ਉਹਨਾਂ ਦੇ ਵੀ ਆਪਾਂ ਬਾਹਰਲੇ ਬੰਦੇ ਸਾਡੇ ਐਨ ਆਰ ਆਈ ਵੀਰ ਮਦਦ ਕਰ ਰਹੇ ਆ ਉਹ ਵੀ ਅਸੀਂ ਕੱਲ੍ਹ ਨੂੰ ਮਾਨਸੇ ਜਿਹੜਾ ਇੱਥੇ ਮਕੈਨਿਕ ਅੱਗ ਲਾ ਕੇ ਮਰ ਗਿਆ ਸੀ ਉਹਦੀ ਵੀ ਮਾਲੀ ਮਦਦ ਕੀਤੀ ਜਾਏਗੀ ਐਨਆਰਆਈ ਕਿੱਥੋਂ ਕਿੱਥੋਂ ਤੁਹਾਨੂੰ ਮਦਦ ਕਰ ਰਹੇ ਅਮਰੀਕਾ ਤੋਂ ਜੀ ਉੱਥੋਂ ਇੰਗਲੈਂਡ ਤੋਂ ਜੀ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਹਰੇਕ ਜਗ੍ਹਾ ਤੋਂ ਸਾਡੀ ਮਦਦ ਕਰ ਰਹੇ ਆਲ ਓਵਰ ਵਰਲਡ ਜਿਹੜੇ ਸਾਰੇ ਸਾਡੇ ਐਨਆਰਆਈ ਭਰਾ ਨੇ ਬਹੁਤ ਜ਼ਿਆਦਾ ਮਦਦ ਕਰ ਰਹੇ ਜੀ ਸਾਡੇ ਇਲਾਕੇ ਦੀ ਸੰਗਤ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੀ ਆ ਸਾਡੇ ਐਡਵੋਕੇਟ ਭਾਈਚਾਰਾ ਸਾਡਾ ਉਹ ਬਦਾਮ ਲੈ ਕੇ ਇੱਥੇ ਪਹੁੰਚੇ ਨੇ ਅੱਜ ਤੇ ਸਾਰੀ ਸੰਗਤ ਪਹੁੰਚੀ ਹੈ ਜੀ ਚਲੋ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ